इस बच्ची की एक प्रॉब्लम है, सब तो वड्डी तकलीफ, सब तो वड्डा दुख है भी दोनों माँ बाप इस दुनिया तो चले गए हैं बच्ची दे। इस तरह की है, बच्ची अंगूठा लेके डिग पिया, पट्टी करते साफ करते समय अंगूठा ही लै गया बिचों। वाहेगुरु जी का खालसा, वाहेगुरु जी की फतेह जी। ये साड़ी हरलीन कौर आ, बिना गल कीत्या ही उहदे अखां चों हंझू वगी जांदे आ। इस बच्ची की एक प्रॉब्लम है, सब तो वड्डी तकलीफ, सब तो वड्डा दुख है भी इहदे दोनों माँ बाप इस दुनिया तो चले गए बच्ची दे। भूआ वा जिहड़ी इहदी माँ भी आ, इहदा प्यो भी आ, इहदा दादा दादी भी आ, इहदी भैण भी आ, इहदे भरा भी आ। ते उस तो अगे इहदी बैक साइड ते ढूई दे उत्ते एक ट्यूमर आ, एक रसौली एडी वड्डी, जिहदे करके इहदियां लत्तां जिहड़ियां थल्ले वाला हिस्सा इदों तकरीबन डेड हो गया। चूंडी वढ़दे आ बहुत घट अहसास हुंदा, जे कोई तिखी चीज़ इदां घुमाउंदे आ तां माड़ा जिहा पता लगदा। बीमारी इस तरह की है, बच्ची अंगूठा लैके डिग पिया, पट्टी करते साफ करते समय अंगूठा ही लै गया बिचों। गिट्टा दे विच इत्थे हड्डी ते जख्म हो गया सीगा, भूआ जख्म साफ करदी सी ता गिट्टे दी विच्चों जिहड़ी गोल हड्डी हुंदी आ गोलूआ उह वी बाहर निकल गया। ते घर दे विच रोटी खाण लई पैसे आ, दवाई खाण लई दवाई लैण लई पैसे नहीं हैगे। भैण दे पहलां तां भरजाई सी जिहड़ी उह बीमार रही, मंजे ते रही, कैंसर सी उहनां नूं, सारा पैसा बेच पट के इहनां दे भरा ने उहदे ते लाता, उह फिर भी नहीं बच सकी भैण विचारी। फिर उस तों बाद उह आप बीमार पै गया, उहनूं हार्ट दी प्रॉब्लम आ गई, उन्होंने हार्ट अटैक आ गया, उहदी मौत हो गई। उहदा भी जिन्ने के पैसे सीगे उहदे ते लाए कुछ फड़ दड़ के किडनियां फेल हो गईयां सी। हैना तुसीं कि पिंड आए हो भैने? असीं सैदो स्टेशन वालियां तों आए आ, पेके मेरे फगवाड़े दे कोल भुल्ला राई आ, जिहड़ा इहदा पिंड आ भुल्ला राई, भुल्ला राई फगवाड़े, भुल्ला राई पिंड आ फगवाड़े दे कोल भुल्ला राई वीरे। ਤੇ ਫਿਰ ਇਹ ਤੁਹਾਡੇ ਕੋਲੇ ਕਿੰਨੇ ਟਾਈਮ ਤੋਂ ਆ ਜੀ? ਵੀਰੇ ਇਹ ਮੇਰੀ ਭਰਜਾਈ ਜਿਹੜੀ ਸੀ ਉਹਦੇ ਇੱਕ ਇੱਥੇ ਗਲ 'ਚ ਪੈਪ ਪਾਇਆ ਹੁੰਦਾ ਸੀ, ਉਹਦੇ ਵਿੱਚ ਜਿੱਦਾਂ ਪਤਾ ਨਹੀਂ ਕੀ ਚੀਜ਼ ਹੁੰਦੀ ਸੀ, ਉਹਨਾਂ ਰੇਸ਼ਾ ਕੱਢਦੇ ਹੁੰਦੇ ਸੀਗੇ। ਇੱਕ ਉਹਦੇ ਨੱਕ 'ਚ ਪਾਈਪ ਪਾਇਆ ਸੀ, ਉਹਦੇ ਨਾਲ ਉਹਨੂੰ ਖੁਰਾਕ ਦਿੰਦੇ ਸੀ, ਬਾਥਰੂਮ ਵਾਲੀ ਥੈਲੀ ਲੱਗੀ ਸੀ ਉਹਦੇ, ਇਹ ਮੰਜੇ 'ਤੇ ਪਈ ਰੋਂਦੀ ਰਹਿੰਦੀ ਸੀ। ਕਿੰਨਾ ਟਾਈਮ ਉਹ ਯਾਨੀ ਕਿ ਇੱਦਾਂ ਰਹੀ? ਡੇਢ ਸਾਲ ਆਪਰੇਸ਼ਨ ਤੋਂ ਬਾਅਦ ਵੀ ਬਚੀ ਉਹ ਮੰਜੇ 'ਤੇ ਰਹੀ, ਮੰਜੇ 'ਤੇ ਇੱਦਾਂ ਹੀ ਪਈ ਹੁੰਦੀ। ਇਹ ਡੇਢ ਸਾਲ ਉਹਦੇ ਕੋਲੇ ਪਈ ਰਹਿੰਦੀ? ਹਾਂ, ਮੈਂ ਤਾਂ ਜਿੱਦਾਂ ਪਹਿਲਾਂ ਤਾਂ ਮੈਂ PGI ਨਾਲ ਰਹੀ, ਬਾਅਦ ਦੇ ਵਿੱਚ ਮੈਂ ਵੀ ਆਪਣੇ ਬੱਚਿਆਂ ਦੇ ਵਿੱਚ ਸੀਗੀ, ਮੇਰੇ ਤੋਂ 3-4 ਮਹੀਨੇ ਜਾ ਨਹੀਂ ਹੋਇਆ। ਜਦੋਂ ਇਹ ਮੈਂ 2 ਵਾਰ ਗਈ ਖਬਰ ਨੂੰ, ਜਦੋਂ ਮੈਂ 7 ਮਹੀਨਿਆਂ ਦੀ ਹੋਈ ਹੈ ਜਦੋਂ ਇਹ ਹੈ ਨਾ, ਮੈਂ ਫੇਰ ਖਬਰ ਨੂੰ ਗਈ ਤਾਂ ਭਰਜਾਈ ਦਾ ਉਹੀ ਹਾਲ। ਤੇ ਮੇਰੀ ਮਾਂ ਵੀ ਜਿੱਦਾਂ ਹਾਰ ਗਈ ਸੀ, ਜਿੱਦਾਂ ਕਰ ਕਰਕੇ ਇਹਦੀ ਸੇਵਾ ਪੱਟੀਆਂ ਕਰ, ਮਤਲਬ ਇਹਨੂੰ ਚੁੱਕ ਚੁੱਕ ਕੇ, ਤਾਂ ਉਹਨੂੰ ਬਹੁਤੀ ਨੂੰ ਦੇਖ ਦੇਖ ਕੇ। ਉਦੋਂ ਇਹ ਠੀਕ ਸੀ, ਉਹ ਢੂਈ ਤੇ ਤਾਂ ਨਹੀਂ ਸੀ ਕੁਛ ਇਹਦੇ? ਨਹੀਂ ਹੈਗਾ, ਇਹ ਜਨਮ ਸਮੇਂ ਸੀ, ਜਨਮ ਤੋਂ ਸੀ। ਹਾਂਜੀ, ਤੇ ਸਾਨੂੰ ਉਹਦਾ ਪੈਰ ਥੋੜ੍ਹੇ ਥੋੜ੍ਹੇ ਇੱਦਾਂ ਮੁੜ ਗਏ ਸੀਗੇ, ਸਾਨੂੰ ਇੰਨਾ ਨਹੀਂ ਸੀ ਪਤਾ ਵੀ ਇਹਦੇ ਹਾਲਾਤ ਆਹ ਬਣਨੇ ਆ। ਮੈਂ ਉੱਦਾਂ ਹੀ ਆਪਣੇ ਭਰਾ ਨੂੰ ਮੈਂ ਕਿਹਾ ਕਸ਼ਮੀਰੇ ਰੋਂਦੀ ਬਹੁਤ, ਇਹਨੂੰ ਮੈਂ ਲੈ ਜਾਂਦੀ। ਉਹ ਮੈਨੂੰ ਕਹਿੰਦਾ ਲੈ, ਇਹ ਤੇਰੇ ਤੋਂ ਰਹਿਣਾ। ਮੈਂ ਕਿਹਾ ਇਹਨੂੰ ਕੀ ਪਤਾ, ਇਹਨੂੰ ਜਿੱਥੇ ਚੱਕਣਾ ਦੁੱਧ ਪਿਲਾਉਣਾ ਉੱਥੇ ਹੀ ਇਹਨੇ ਰਹਿ ਹੀ ਲੈਣਾ ਆ, ਅਤੇ ਮੇਰਾ ਭਰਾ ਮੈਨੂੰ ਲਿਆਉਣ ਨੂੰ ਦੇਵੇ ਨਾ। ਮੈਂ ਕਿਹਾ ਨਹੀਂ ਚੱਲ ਕੋਈ ਗੱਲ ਨਹੀਂ, 4 ਦਿਨ ਮੇਰੇ ਨਿਆਣੇ ਖਿਲਾ ਲਊਗੇ, ਵੀ ਉਦੋਂ ਬਾਅਦ ਮੈਂ ਛੱਡ ਜਾਊਂਗੀ। ਵੀਰੇ ਮੈਂ ਇਹਨੂੰ ਲੈ ਆਈ, 2 ਦਿਨ ਤਾਂ ਸਾਡੇ ਬਹੁਤ ਜ਼ਿਆਦਾ ਰੋਈ, ਸਾਡੇ ਆਂਢ ਗੁਆਂਢ ਵੀ ਆ ਕੇ ਰੋਣ ਲੱਗ ਪੈਣਾ, ਕਹਿਣਾ ਬੈਨ ਮਾਂ ਤੋਂ ਇਹ ਰੋਂਦੀ ਆ। ਅੱਛਾ, ਫਿਰ ਅਸੀਂ ਇਹਨੂੰ ਢਿੱਡ ਨਾਲ ਲਾ ਲਿਆ, ਅਸੀਂ ਇਹਨੂੰ ਇੰਨਾ ਪਿਆਰ ਦਿੱਤਾ, ਮੇਰੇ ਘਰ ਵਾਲੇ ਨੂੰ ਵੀ ਇਸ ਟਾਈਮ ਤਾਂ ਹੈ ਨਹੀਂ ਦੁਨੀਆਂ 'ਤੇ, ਉਹ ਇੰਨਾ ਕਿਸੇ ਨੂੰ ਕਿਹਾ ਹੀ ਨਹੀਂ ਹੈਗਾ ਵੀ ਇਹਨੂੰ ਤੂੰ ਕਾਹਤੇ ਲੈ ਕੇ ਆਈ ਆ, ਬਿਨਾਂ ਫੋਨ ਕੀਤੇ ਹੋਏ ਮੈਂ ਲੈ ਚੁੱਕ ਕੇ। ਜਿੰਨੇ ਜੋਗੇ ਸੀ ਵੀ ਮੇਰੇ 4 ਮਹੀਨਿਆਂ ਬਾਅਦ ਮੇਰੇ ਭਤੀਜੇ ਦਾ ਵਿਆਹ ਹੋਇਆ, ਭਤੀਜੇ ਦਾ ਵਿਆਹ 'ਤੇ ਮੈਂ ਇਕੱਲੀ ਗਈ, ਇਹਦਾ ਜੋ ਕੱਪੜਾ ਲੀੜਾ ਬੰਨ੍ਹ ਕੇ ਮੈਂ ਨਾਲ ਲੈ ਗਈ। ਮੈਂ ਕਿਹਾ ਇਹਨੂੰ ਅੱਜ ਮੈਂ ਛੱਡ ਦੇਣਾ ਉੱਥੇ ਇਹਦੀ ਮਾਂ ਕੋਲ। ਜਦੋਂ ਮੂਹਰੇ ਮਾਂ ਕੋਲ ਗਈ, ਉਹਦਾ ਜੋੜਾ ਮੈਂ ਹਾਲ ਛੱਡ ਕੇ ਉਹੀ ਹਾਲ। ਇਹ ਕੁੜੀ 4 ਮਹੀਨਿਆਂ ਦੇ ਵਿੱਚ ਅਸੀਂ ਇਹਨੂੰ ਇੰਨਾ ਕੀਤਾ, ਇਹ ਕਿਸੇ ਕੋਲ ਗਈ ਨਹੀਂ ਜਦੋਂ ਮੇਰੇ ਨਾਲ ਗੱਜ ਗਈ। ਹਾਂਜੀ, ਇਹ ਵੀਰੇ ਰੋ, ਜਿਹੜਾ ਇਹਨੂੰ ਹੱਥ ਲਾਵੇ ਰੋਵੇ ਬਹੁਤ। ਮੈਂ ਆਪਣੇ ਪਿੱਛੇ ਫੋਨ ਕੀਤਾ ਬੱਚਿਆਂ ਨੂੰ, ਮੈਂ ਕਿਹਾ ਹਰਲੀਨ ਰੋਂਦੀ ਬਹੁਤ ਆ, ਵੀ ਇਹ ਤਾਂ ਕਿਸੇ ਕੋਲ ਜਾਂਦੀ ਨਹੀਂ, ਮੇਰੇ ਘਰ ਵਾਲਾ ਕਹਿੰਦਾ ਇਹਨੂੰ ਛੱਡ ਕੇ ਨਾ ਹੀ ਲੈ ਕੇ ਹੀ ਆਈ। ਪਹਿਲਾਂ ਮੈਨੂੰ ਆਪ ਬੱਸੇ ਚੜ੍ਹਾ ਕੇ ਆਏ ਸਭ ਕੁਝ ਦੇ ਕੇ, ਨਾਲੇ ਹਾਲਾਂਕਿ ਉਹ ਆ ਨਾ ਹਾਰਟ ਦਾ ਪ੍ਰੋਬਲਮ ਸੀ, ਉਹਨੂੰ ਸਾਹ ਦੀ ਬਿਮਾਰੀ ਸੀ, ਦਵਾਈ ਖਾਂਦਾ, ਪੰਪ ਲੈਂਦਾ ਸੀ ਹਰ ਟਾਈਮ, ਕਿਸੇ ਵੇਲੇ ਕੰਮ ਹੁੰਦਾ ਸੀ ਕਿਸੇ ਵੇਲੇ ਨਹੀਂ ਸੀ। ਫਿਰ ਤੁਸੀਂ ਇਹਨੂੰ ਨਾਲ ਹੀ ਲੈ ਗਏ ਵਾਪਸ? ਮੈਂ ਨਾਲ ਹੀ ਫੇਰ ਵਾਪਸ ਲਏ। ਉਦੋਂ ਦੀ ਤੁਹਾਡੇ ਕੋਲ ਹੀ ਆ? ਉਦੋਂ ਦੀ। ਫਿਰ ਇਹਦੀ ਮੰਮੀ ਦੀ ਡੈਥ ਹੋ ਗਈ? ਇਹਦੀ ਮੰਮੀ ਦੀ ਡੈਥ ਹੋਈ ਜਦੋਂ ਇਹ 1.5 ਸਾਲ ਦੀ ਹੋਈ। ਅੱਛਾ ਜੀ। ਜਿੱਦਣ ਮੇਰੀ ਭਰਜਾਈ ਨੇ ਕਿਹਾ ਮੈਨੂੰ ਮਿਲਾ ਕੇ ਲਿਜਾ, ਮੈਂ ਉਦੋਂ ਹੀ ਇਹਦੇ ਕੱਪੜੇ ਚਾਹੇ ਮੈਂ ਕਿਸੇ ਤੋਂ ਕਿਰਾਇਆ ਮੰਗਣਾ, ਮੈਂ ਇਹਦੇ ਕੱਪੜੇ ਉਹਦੇ ਪੈਪ ਗਲ 'ਚ ਕੱਢਤੀ ਗਈ, ਕੱਢਤੀ ਸੀ ਉਵੇਂ ਗਈ, ਉਹ ਨਾਲ ਹੀ ਗਈ, ਨਾਲ ਹੀ ਨਾਲ ਹੀ ਜ਼ਿੰਦਗੀ। ਫਿਰ ਉਸ ਤੋਂ ਬਾਅਦ ਤੁਹਾਡੇ ਭਰਾ ਨੂੰ ਕੀ ਹੋ ਗਿਆ? ਭਰਾ ਮੇਰਾ ਐਨ ਬਿਲਕੁਲ ਠੀਕ ਠਾਕ ਸੀ, ਮੈਸਮ ਦਾ ਕੰਮ ਕਰਦਾ ਸੀਗਾ, ਬਹੁਤ ਵਧੀਆ ਸੀ। 37 ਸਾਲ ਦੀ ਉਮਰ 'ਚ ਤਾਂ ਵੀ ਡੈਥ ਹੋ ਗਈ। ਮੈਸਮ ਮਤਲਬ? ਆ ਮੈਸਮ ਆ ਮਿਸਤਰੀ, ਮਿਸਤਰੀ ਦਾ। ਹਾਂਜੀ,
ਤੇ ਇਦਾਂ ਬਾਅਦ ਵਿੱਚ ਇੰਨੀ ਜਿੱਦਾਂ ਉਹਨੂੰ ਪਤਾ ਨਹੀਂ ਮੇਰਾ ਸੀ ਮੇਰੇ ਇੱਥੇ ਸੀਗੀ ਉਹ ਕੀ ਪਿੰਡ ਸੀ ਨਾਲ ਬੱਚੇ ਦਾ ਨੀ ਰਸੌਲੀ ਮੇਰਾ ਉਹਨਾਂ ਆਪਣੇ ਕੋਲੋਂ ਪੈਸੇ ਲਾ ਕੇ ਆਪਰੇਸ਼ਨ ਕਰਾਇਆ ਕਹਿੰਦਾ ਮੇਰਾ ਤੂੰ ਲਿਖਾ ਦਿੰਦੀ ਆ ਜੇ ਤੇਰੇ ਕੋਲ ਨਹੀਂ ਪੈਸੇ ਹੈਗੇ ਆ ਜਾ ਤੇਰਾ ਮੈਂ ਫਗਵਾੜੇ ਮੇਰਾ ਉਹਨੂੰ ਬਸਰਾ ਹਸਪੀਟਲ ਆਪਰੇਸ਼ਨ ਕਰਾਇਆ ਉਸ ਤੋਂ ਬਾਅਦ ਆਪ ਉਹਦੇ ਗੁਰਦੇ ਖਰਾਬ ਹੋ ਗਏ ਡੇਢ ਮਹੀਨੇ ਤੋਂ ਬਾਅਦ ਜਿੱਦਾਂ ਉਹਨੂੰ ਹਲਕਾ ਜਿਹਾ ਬੁਖਾਰ ਹੋਇਆ ਤੇ ਮੈਂ ਉਹਨੂੰ ਕਹਿੰਦੀ ਕਸ਼ਮੀਰੇ ਦਵਾਈ ਲੈ ਲੈ ਕਹਿੰਦਾ ਰਾਣੀ ਕੋਈ ਗੱਲ ਨਹੀਂ ਜਨਵਰੀ ਫਰਵਰੀ ਦੀ ਗੱਲ ਹੈ ਸ਼ਾਇਦ ਤੇ ਉਹ ਮੈਂ ਗਈ ਫਿਰ ਜਦੋਂ ਉਹਦੀ ਖਬਰ ਨੂੰ ਹੀ ਮੈਂ ਥੋੜ੍ਹਾ ਜਿਹਾ ਠੀਕ ਡੇਢ ਕੁ ਮਹੀਨਾ ਹੋਏ ਮੇਰੇ ਵੀ ਆਪਰੇਸ਼ਨ ਉਹਨੇ ਇਹਨੂੰ ਕੁੜੀ ਨੂੰ ਚੱਕਿਆ ਮੋਟਰਸਾਈਕਲ 'ਤੇ ਝੂਟੇ ਦਿੱਤੇ ਇਹਨੂੰ 200 ਰੁਪਈਆ ਦਿੱਤਾ ਮੈਨੂੰ ਕਹਿੰਦਾ ਚੱਲ ਜਾਈ ਵੀ ਧੁੱਪ ਹੋ ਜਾਂਦੀ ਕੁੜੀ ਨੂੰ ਲੈ ਕੇ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਹਜੇ ਸਾਰੀ ਦੁਨੀਆ ਘੁੰਮਦੀ ਕਸ਼ਮੀਰੇ ਧੁੱਪ ਕਾਹਦੀ ਆ ਉਹ ਵੀਰਾ ਜੀ ਕੰਮ 'ਤੇ ਚੱਲ ਗਿਆ ਮੈਂ ਉਹਦੇ ਮਗਰੋਂ ਘਰ ਨੂੰ ਆ ਗਈ ਜਦੋਂ ਸਵੇਰ ਨੂੰ ਸਵੇਰਾ ਹੀ ਹੋਇਆ ਮੇਰੀ ਵੱਡੀ ਭਰਜਾਈ ਨੇ ਮੈਨੂੰ ਫੋਨ ਕਰ ਦਿੱਤਾ ਕਹਿੰਦੀ ਕਸ਼ਮੀਰਾ ਠੀਕ ਨਹੀਂ ਹੈਗਾ ਜਲੰਧਰ ਕਸ਼ਮੀਰਾ ਸਿੰਘ ਹਸਪਤਾਲ ਆ ਉੱਥੇ ਦਾਖਲ ਕਰ ਦਿੱਤਾ ਮੈਂ ਕਿਹਾ ਮੈਂ ਕੱਲ੍ਹ ਉਹਦੇ ਕੋਲ ਵਾਂ ਐਡੀ ਛੇਤੀ ਕੀ ਹੋ ਗਿਆ ਵੀਰਾ ਉਹਨੂੰ ਅਟੈਕ ਇੱਦਾਂ ਦਾ ਹੋਇਆ ਉਹਦੀਆਂ ਕਿਡਨੀਆਂ ਫੇਲ ਹੋ ਗਈਆਂ ਕਿਡਨੀਆਂ ਫੇਲ ਹੋ ਗਈਆਂ ਬਹੁਤ ਘੁੰਮੇ ਮੈਂ ਕਿਹਾ ਚਲੋ ਫੇਰ ਅਸੀਂ ਇੱਦਾਂ ਸੋਚਿਆ ਵੀ ਚਲੋ ਕਹਿੰਦੇ ਇੱਕ ਕਿਡਨੀ ਦੇ ਦਿਓ ਅਤੇ ਬੰਦਾ ਬਚ ਜਾਂਦਾ ਆ ਉਹ ਸਾ ਦੋਹਾਂ ਤਿਹਾਂ ਭੈਣਾਂ ਭਰਾਵਾਂ ਦੇ ਸੈਂਪਲ ਹੈ ਉਹ ਜਿਹਦਾ ਦਿਲ ਜੁੜਿਆ ਹੋਵੇ ਉਹਦੀ ਹੁੰਦੀ ਆ ਮੇਰਾ ਹੀ ਉਹਦਾ ਨਾਲ ਰਲਿਆ ਗੁਰਦਾ ਰਲ ਗਿਆ ਤੁਹਾਡਾ ਕਿਡਨੀ ਰਲ ਗਈ ਉਹਦੇ ਨਾਲ ਉਹ ਵੀਰਾ ਅਸੀਂ ਨਾ ਇੱਦਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਜੋਗੇ ਆ ਨਹੀਂ ਅਸੀਂ PGI ਚੱਲ ਗਏ ਇੱਕ ਮੇਰਾ ਮੁੰਡਾ ਸ਼ਾਇਦ ਅੱਜ ਇੱਥੇ ਵੀ ਆਵੇ ਇੱਕ ਮੈਂ ਉਹ ਮੇਰੀ ਦੁਬਾਰਾ ਭਰਾ ਦਾ ਵਿਆਹ ਵੀ ਕਰ ਦਿੱਤਾ ਸੀਗਾ ਇਹ ਬੱਚੇ ਛੋਟੇ ਸੀ ਸਰਦਾ ਨਹੀਂ ਸੀਗਾ ਮੁੰਡਾ ਅੰਗਰੇਜ਼ੀ ਸਕੂਲ ਪੜ੍ਹਨ ਲਾ ਆਇਆ ਸੀਗਾ ਮੇਰੀ ਮਾਂ ਸਿਆਣੀ ਸੀ ਇਹਦੇ ਯਾਨੀ ਕਿ ਦੂਜੇ ਭਰਾ ਇਹਦੇ ਬਾਪ ਨੇ ਇੱਕ ਹੋਰ ਵਿਆਹ ਕਰਾ ਲਿਆ ਉਹਦੇ ਵੀ ਗਾਂ ਬੱਚੇ ਸੀ ਨਾ ਉਹ ਇਦਾਂ ਪਿੱਛੇ ਵੀ ਸੀ ਬੱਚੇ ਤਾਂ ਗਾਂ ਵੀ ਕੋਈ ਨਹੀਂ ਫਿਰ ਉੱਥੇ ਨਾਲ ਸੀ ਹਸਪਤਾਲ PGI ਚ ਫਿਰ ਉਹ ਮੇਰੇ ਨਾਲ ਮੈਂ ਤਾਂ ਮੇਰਾ ਮੁੰਡਾ ਜੀ ਜੇ ਮੇਰੀ ਵੀ ਦਿੰਦੇ ਟੈਸਟ ਮੇਰੇ ਭਰਾ ਦੇ ਵੀ ਹੁੰਦੇ ਸੀਗੇ ਅਸੀਂ ਵੀਰਾ 2.5-3 ਮਹੀਨੇ ਉੱਥੇ ਬੈਠੇ ਰਹੇ ਕੋਈ ਢੋ ਮੇਲਾ ਨਹੀਂ ਲੱਗਾ ਮੈਨੂੰ ਕਿਡਨੀ ਦੇਣ ਦਾ ਮੇਰਾ ਯਾਨੀ ਕਿ ਉਹ ਕੋਈ ਆਪਰੇਸ਼ਨ ਕਰਨ ਬਾਰੇ ਉਹ ਟਾਈਮ ਹੀ ਪਾਈ ਗਏ ਕਹਿੰਦੇ ਸਾਡਾ ਪ੍ਰੋਸੀਜਰ 1 ਸਾਲ ਦਾ ਵਾਹਿਗੁਰੂ 1 ਸਾਲ ਦਾ ਕਹਿੰਦੇ ਫਿਰ ਉਸ ਤੋਂ ਬਾਅਦ ਘਰੇ ਆ ਕੇ ਡੈਥ ਹੋ ਗਈ ਵੀਰੇ ਦੀ ਘਰੇ ਫਿਰ ਆ ਗਏ ਉੱਥੇ ਵੀ ਜਦੋਂ ਸਾਡੇ ਪੱਲੇ ਨਹੀਂ ਘਰੇ ਆ ਕੇ ਫਿਰ ਉਹਦੀ ਮੌਤ ਹੋ ਗਈ ਘਰੇ ਆ ਕੇ ਵੀ ਇਦਾਂ ਜਿੱਦਾਂ ਡੈਲਸ ਕਰਾਉਂਦੇ ਰਹੇ ਉਹਦੇ ਇਸ ਦਿਲ ਵੈਸੇ ਹੀ ਨਹੀਂ ਸੀ ਹੁੰਦੇ ਜੇ ਕਰਾ ਲੈਣੀ ਤਾਂ ਸਾਹ ਸੌਖਾ ਆ ਜਾਣਾ ਹਫਤੇ 'ਚ 2 ਵਾਰੀ ਕਰਾਉਣੀ ਪੈਂਦੀ 2000 ਰੁਪਈਆ ਉਹਦਾ ਲੈਂਦੇ ਡਾਕਟਰ ਨਹੀਂ ਤਾਂ ਫਿਰ ਉਹਦਾ ਪੇਟ 'ਚ ਪਾਣੀ ਭਰੀ ਜਾਂਦਾ ਪਾਣੀ ਭਰ ਜਾਂਦਾ ਸੀ ਤਾਂ ਉਹਨੂੰ ਸਾਹ ਵੀ ਨਹੀਂ ਸੀ ਆਉਂਦਾ ਹੁੰਦਾ ਦੇਖੋ ਇਹ ਬੱਚੀ ਦੇ ਜਨਮ ਤੋਂ ਹੀ ਇਹ ਪ੍ਰੋਬਲਮਾਂ ਜਿਹੜੀਆਂ ਹਨ ਸ਼ੁਰੂ ਹੋ ਗਈਆਂ ਬੱਚੀ ਨੂੰ ਪਤਾ ਨਹੀਂ ਰੱਬ ਨੇ ਕਿਹੜੇ ਕਰਮਾਂ ਦੀ ਇਹ ਸਜ਼ਾ ਦਿੱਤੀ ਹੈ ਨਾ ਇਹਦਾ ਸਰੀਰਕ ਤੌਰ 'ਤੇ ਵੀ ਇਹ ਪਾਹਜ ਹੋ ਰਹੀ ਆ ਮਾਂ ਬਾਪ ਵੱਲੋਂ ਵੀ ਜਿਵੇਂ ਭੈਣ ਨੇ ਦੱਸਿਆ ਵਾ ਸਾਰਾ ਇਕੱਲਾ ਇਕੱਲਾ ਤੁਰਦਾ ਗਿਆ ਘਰੋਂ ਹੈ ਨਾ ਪਹਿਲਾਂ ਮਾਂ ਚਲੇ ਗਈ ਫਿਰ ਬਾਪ ਚਲਿਆ ਗਿਆ ਮੇਰੀ ਮਾਂ ਵੀ ਮੁੱਕ ਗਈ ਉਹਨਾਂ ਦੇ ਹੋਂਕੇ ਨਾਲ ਦਾਦੀ ਵੀ ਤੁਰ ਗਈ ਜਿਹੜੀ ਪਿੱਛੇ ਮੇਰ ਕਰਨ ਵਾਲੀ ਸੀਗੀ ਆਸ ਦੇਣ ਵਾਲੀ ਸੀ ਅਤੇ ਪਿੱਛੇ ਕੋਈ ਕਮਾਈ ਦਾ ਸਾਧਨ ਵੀ ਨਹੀਂ ਰਿਹਾ ਅੱਜ ਗੁਰਲੀਨ ਨੂੰ ਸਾਡੇ ਕੋਲ ਆਈ ਨੂੰ 4 ਦਿਨ ਹੋ ਗਏ ਅਸੀਂ ਵੀਡੀਓ ਵੀ ਪਾਈ ਸੀ ਪਹਿਲਾਂ ਅਸੀਂ 4 ਦਿਨਾਂ 'ਚ ਇਹਦੇ ਟੈਸਟ ਕਰਾਏ ਪਹਿਲਾਂ ਤਾਂ ਇੱਕ ਡਾਕਟਰ ਕੋਲ ਹੋਸਪਿਟਲ 'ਚ ਲੈ ਕੇ ਗਏ ਉਹ ਕਹਿੰਦੇ ਲੱਤ ਕੱਟਣੀ ਪੈ ਸਕਦੀ ਹੈ ਇਹਦੀ ਬੱਚੀ ਦੀ ਹੈ ਨਾ ਕਿਉਂਕਿ ਇਹਦੀਆਂ ਥੱਲਿਓਂ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਜੇ ਅਸੀਂ ਆਹ ਚੀਜ਼ ਦਿਖਾਤੀ ਤਾਂ ਸਾਡੀ ਜਿਹੜੀ ਵੀਡੀਓ ਆ ਫੇਸਬੁੱਕ ਵਾਲਿਆਂ ਨੇ ਹਿਡਨ ਕਰ ਦੇਣੀ ਹੈ ਹੈ ਨਾ ਅੰਗੂਠਾ ਜਿੱਥੋਂ ਝੜਿਆ ਵਾ ਇਹਦਾ ਬੱਚੀ ਦਾ ਉਹ ਏਰੀਆ ਉਵੇਂ ਹੀ ਆ ਓਪਨ ਹਜੇ ਹੈ ਨਾ ਆਹ ਦੇਖੋ ਆਹ ਉਂਗਲਾਂ ਇਹਦੀਆਂ ਇੱਕ ਆਹ ਚੀਚੀ ਤਾਂ ਹੈ ਹੀ ਨਹੀਂ ਗੀ ਹੈ ਨਾ ਆਹ ਉਂਗਲਾਂ ਦੋਨੇ ਤਿੰਨੇ ਆ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵੀ ਇਹ ਵੀ ਕਿੱਦਾਂ ਹੋਈ ਜਾਂਦੀਆਂ ਹੈ ਨਾ ਅੰਗੂਠੇ ਦਾ ਤਾਂ ਹਿੱਸਾ ਤੁਹਾਨੂੰ ਦੱਸਿਆ ਨਾ ਇੱਦਾਂ ਜਿਵੇਂ ਬੋਤਲ ਦਾ ਢੱਕਣ ਲੈ ਜਾਂਦਾ ਇੱਦਾਂ ਉਹ ਹੱਡੀ ਤੋਂ ਲੈ ਕੇ ਡਿੱਗ ਪਿਆ ਨਾਲੋਂ ਇਸੇ ਤਰ੍ਹਾਂ ਹੀ ਆਹ ਪੈਰ ਆ ਇਹਦਾ ਬੱਚੀ ਦਾ ਆਹ ਉਂਗਲਾਂ ਠੀਕ ਆ ਇਹਦਾ ਵੀ ਅੰਗੂਠਾ ਇੱਦਾਂ ਹੀ ਹੈ ਨਾ ਹੋਇਆ ਪਿਆ ਇਹ ਵੀ ਇੱਕ ਦਿਨ ਕਿਸੇ ਦਿਨ ਇੱਥੇ ਜ਼ਖਮ ਬਣਨਾ ਕਿਉਂਕਿ ਇੱਥੇ ਛਾਲੇ ਬਣ ਜਾਂਦੇ ਇਹਦੇ ਆਪੇ ਹੀ ਆ ਦੇਖੋ ਛਾਲੇ ਬਣ ਬਣ ਕੇ ਫਿੱਸੀ ਜਾਂਦੇ ਆ ਅਤੇ ਆਹ ਜਿਹੜਾ ਗਿੱਟਾ ਇੱਥੇ ਇੱਕ ਗੋਲੂਆ ਹੁੰਦਾ ਆਪਣੇ ਜਿਹੜਾ ਜਿਹਨੂੰ ਗਿੱਟਾ 'ਤੇ ਪੈਰ 'ਚ ਘੁਮਾਉਂਦਾ ਉਹ ਵਿੱਚੋਂ ਹੈ ਹੀ ਨਹੀਂ ਆਹ ਅੱਡੀ ਸਾਰੀ ਵਿੱਚੋਂ ਪੋਲੀ ਆ ਆ ਇੱਥੇ ਕੋਈ ਹੱਡੀ ਨਹੀਂ ਇਹਦੇ ਹੈ ਨਾ ਅਤੇ ਬੱਚੀ ਦੀ ਤਕਲੀਫ ਆ ਜਿਹੜੀ ਉਹ ਬੈਕ ਸਾਈਡ 'ਤੇ ਇਹਦੇ ਇੱਕ ਟਿਊਮਰ ਆ ਰਸੌਲੀ ਆ ਇੱਧਰ ਦੀ ਆਏ ਪਿੱਛੇ ਘੁੰਮ ਕੇ ਪੁੱਤ ਤੋਂ ਅਤੇ ਅਸੀਂ ਯਾਨੀ ਕਿ ਤੁਹਾਨੂੰ ਬੇਨਤੀ ਆ ਵੀ ਇਹਦੇ ਲਈ ਅਰਦਾਸ ਕਰਿਓ ਜ਼ਰੂਰ ਆਹ ਇੱਕ ਛੋਟਾ ਜਿਹਾ ਜਿਹੜਾ ਹੈਗਾ ਕੋਈ ਜ਼ਖਮ ਨਹੀਂ ਇੱਥੇ ਕੁਛ ਨਹੀਂ ਸਪਾਈਨਲ ਕੋਰਡ ਦੇ ਉੱਪਰ ਇਹਦੇ ਇੱਕ ਰਸੌਲੀ ਆ ਇਹਨੇ ਇਹਦੀ ਜ਼ਿੰਦਗੀ ਆ ਜਿਹੜੀ ਉਹ ਖਤਰੇ 'ਚ ਪਾਈ ਹੋਈ ਆ ਹਰਲੀਨ ਕੌਰ ਦੀ ਹੈ ਨਾ ਅਤੇ ਇਹ ਨਿੱਕੀ ਜਿਹੀ ਬੱਚੀ ਮਜਬੂਰ ਭੂਆ ਦੀ ਭਤੀਜੀ ਮਾਂ ਦੀ ਧੀ ਕਹਾਂਗੇ ਅਸੀਂ ਤਾਂ ਬਾਪ ਵੀ ਇਹੀ ਆ ਮਾਂ ਵੀ ਇਹੀ ਆ ਹੁਣ ਬੱਚੀ ਸਕੂਲੇ ਜਾਂਦੀ ਆ ਸਮੈਲ ਆਉਂਦੀ ਆ ਪੱਟੀਆਂ ਕਰਦੇ ਹਾਂ ਹੁਣ ਅਸੀਂ ਪੱਟੀਆਂ ਖੋਲ੍ਹ ਕੇ ਹਟੇ ਹਾਂ ਪੂਰਾ ਪੱਟੀਆਂ ਲਵੇਟੀਆਂ ਹੋਈਆਂ ਸੀ ਜੇ ਨਹੀਂ ਪੱਟੀਆਂ ਲਵੇਟਦੇ ਤਾਂ ਸਮੈਲ ਆਉਂਦੀ ਆ ਬਹੁਤ ਜ਼ਿਆਦਾ ਰੋਟੀ ਖਾਣੀ ਵੀ ਮੁਸ਼ਕਲ ਹੋ ਜਾਂਦੀ ਆ ਬੱਚੀ ਨੂੰ ਹੈ ਨਾ ਸਕੂਲ ਦੇ ਵਿੱਚ ਵੀ ਬਾਕੀ ਹਰਲੀਨ ਪੁੱਤ ਕਿਹੜੀ ਕਲਾਸ 'ਚ ਪੜ੍ਹਦਾ ਤੂੰ ਚੌਥੀ ਕਲਾਸ 'ਚ ਪੜ੍ਹਦਾ ਕਿਹੜੇ ਸਕੂਲ 'ਚ ਪੁੱਤ ਪ੍ਰਾਇਮਰੀ ਕਿਹੜੇ ਪਿੰਡ
ਕਿਹੜੇ ਪਿੰਡ ਸਿੱਧਮਾ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦਾ ਤੇਰੇ ਟੀਚਰ ਦਾ ਕੀ ਨਾਮ ਆ ਜਿਹੜੇ ਤੈਨੂੰ ਪੜ੍ਹਾਉਂਦੇ ਆ ਸਰ ਉਹਨਾਂ ਦੇ ਨਾਮ ਦਾ ਤਾਂ ਮੈਨੂੰ ਵੀ ਨਹੀਂ ਪਤਾ ਨਾ ਕੋਦਰ ਦਾ ਹੁੰਦੇ ਆ ਪੁੱਛਿਆ ਕਰੇ ਨਹੀਂ ਪੁੱਛਿਆ ਠੀਕ ਹੈ ਤੇ ਕਿੰਨੇ ਜਣੇ ਕਿ ਉੱਥੇ ਤੂੰ ਪੜ੍ਹਦੀ ਆ ਏ ਬੀ ਸੀ 1 2 3 ਉਹਨਾਂ ਤੈਨੂੰ ਸਾਰਾ ਤੇ ਜਦੋਂ ਤੂੰ ਸਕੂਲੇ ਜਾਂਦੀ ਆ ਪੜ੍ਹਨੇ ਫਿਰ ਭੂਆ ਜੀ ਛੱਡ ਕੇ ਆਉਂਦੀ ਆ ਠੀਕ ਹੈ ਪੁੱਤ ਤੇ ਪੜ੍ਹ ਕੇ ਕੀ ਬਣਨਾ ਮੈਂ ਤੂੰ ਮੈਡਮ ਬਣਨਾ ਮੈਡਮ ਕੀ ਕਰਦੀ ਹੁੰਦੀ ਆ ਪੜ੍ਹਾਉਂਦੀ ਹੁੰਦੀ ਆ ਯਾਨੀ ਕਿ ਤੂੰ ਮੈਡਮ ਬਣ ਕੇ ਪੜ੍ਹਾਇਆ ਕਰੇਗੀ ਹੈ ਦੂਜੇ ਬੱਚਿਆਂ ਨੂੰ ਵੀ ਹੈ ਜਦੋਂ ਇੱਥੇ ਪੱਟੀ ਕਰਦੇ ਆ ਜਾਂ ਕਿਵੇਂ ਇਹ ਤੈਨੂੰ ਦੁੱਖ ਲੱਗਦਾ ਤੇਰੇ ਇੱਥੇ ਦੁੱਖ ਲੱਗਦਾ ਨਹੀਂ ਗਾ ਪਤਾ ਨਹੀਂ ਲੱਗਦਾ ਹੈ ਨਾ ਇਸ ਮਾਸੂਮ ਨੂੰ ਇਸ ਟਾਈਮ ਇਹ ਵੀ ਨਹੀਂ ਪਤਾ ਵੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਆ ਹੈ ਨਾ ਅਸੀਂ ਸਾਡਾ ਦੁਬਾਰਾ ਵੀਡੀਓ ਪਾਉਣ ਦਾ ਇੱਕ ਵੱਡਾ ਕਾਰਨ ਇਹ ਸੀਗਾ ਵੀ ਅਸੀਂ CMC ਹੋਸਪਿਟਲ ਚੈੱਕਅਪ ਕਰਾਇਆ ਪਹਿਲਾਂ ਇੱਕ ਦੋ ਹੋਸਪਿਟਲਾਂ 'ਚ ਹੋਰ ਚੈੱਕਅਪ ਕਰਾਇਆ ਸੀ ਉਹ ਤਾਂ ਇਹ ਕਹਿੰਦੇ ਸੀ ਵੀ ਇਹਦਾ ਜਿਹੜੀਆਂ ਲੱਤਾਂ ਗੋਡਿਆਂ ਤੋਂ ਥੱਲੇ ਡੈੱਡ ਆ ਵੀ ਇਹ ਤਾਂ ਕੱਟਣੀਆਂ ਪੈ ਸਕਦੀਆਂ ਜੀ ਅਤੇ ਸਾਨੂੰ ਵੀ ਬੜਾ ਸ਼ੌਕ ਲੱਗਿਆ ਵੀ ਆਹ ਐਡਾ ਵੱਡਾ ਪਾਪ ਵਾਹਿਗੁਰੂ ਸਾਤੋਂ ਨਾ ਕਰਾਇਓ ਅਸੀਂ ਨਹੀਂ ਇਹ ਕੰਮ ਕਰ ਸਕਦੇ ਤਾਂ ਫਿਰ ਅਸੀਂ CMC ਦਾਖਲ ਉੱਥੇ ਐਡਮਿਟ ਕਰਾਇਆ ਚੈੱਕਅਪ ਕਰਾਇਆ ਉੱਥੇ 3 ਡਾਕਟਰਾਂ ਦੀ ਟੀਮ ਬਣੀ ਹੈ ਨਾ ਇੱਕ ਇਹ ਕਿਹੜੇ ਕਿਹੜੇ ਇੱਕ ਨਿਊਰੋਲੋਜੀ ਦਾ ਡਾਕਟਰ ਆ ਜੀ ਜਿਹੜਾ ਜਿਵੇਂ ਕਹਿ ਦਈਏ ਨਸਾਂ ਦਾ ਅਤੇ ਇੱਕ ਔਰਥੋ ਦਾ ਡਾਕਟਰ ਆ ਹੱਡੀਆਂ ਦਾ ਅਤੇ ਇੱਕ ਪਲਾਸਟਰ ਸਰਜਰੀ ਦਾ ਡਾਕਟਰ ਆ ਜਿਹੜਾ ਮੰਨ ਲਓ ਕੋਈ ਸਰਜਰੀ ਕਰਨੀ ਹੁੰਦੀ ਹੈ ਸਕਿਨ ਉੱਥੋਂ ਕੱਢ ਕੇ ਉੱਥੇ ਲਗਾਉਣੀ ਹੁੰਦੀ ਹੈ ਹੁਣ ਉਹ 3 ਡਾਕਟਰਾਂ ਦੀ ਟੀਮ ਬਣੀ ਆ ਉੱਥੇ ਹੋਸਪਿਟਲ ਦੇ ਵਿੱਚ ਤਾਂ ਉਹਨਾਂ ਨੇ ਇਹ ਬੱਚੀ ਦਾ ਟ੍ਰੀਟਮੈਂਟ ਕਰਨਾ ਉਹਨਾਂ ਨੇ ਬਾਇਓਪਸੀ ਦੀ ਰਿਪੋਰਟ ਭੇਜੀ ਸੀ ਪਹਿਲਾਂ ਉਹ ਰਿਪੋਰਟ ਅੱਜ ਆ ਗਈ ਆ ਉਹ ਹੁਣ ਗਿਆਨ ਤੋਂ ਸਾਨੂੰ ਪਤਾ ਲੱਗੂਗਾ ਉਹਨੂੰ ਦੇਖਣ ਤੋਂ ਬਾਅਦ ਇਹਦਾ ਪਿਛਲਾ ਜਿਹੜਾ ਬੈਕ ਸਾਈਡ 'ਤੇ ਟਿਊਮਰ ਆ ਉਹਦਾ ਆਪਰੇਟ ਕਰਨਗੇ ਉਹ ਸਪਾਈਨਲ ਕੋਰਡ ਦਾ 3 ਡਾਕਟਰ ਰਲ ਕੇ ਉਹਦਾ ਆਪਰੇਟ ਕਰਕੇ ਉਹਨੂੰ ਉਹ ਰਿਮੂਵ ਕਰ ਦੇਣਗੇ ਜਿਹਦੇ ਸਾਰੀ ਜਿਵੇਂ ਕਹਿ ਦਈਏ ਤਕਲੀਫ ਦੀ ਜੜ ਉਹੀ ਆ ਕਿਉਂਕਿ ਉਹਨੇ ਆਲੇ ਦੁਆਲਿਓਂ ਸਪਾਈਨਲ ਕੋਰਡ ਨੂੰ ਸਾਰੀ ਨੂੰ ਕਵਰ ਕਰ ਲਿਆ ਸਪਾਈਨਲ ਕੋਰਡ ਦੇ ਆਲੇ ਦੁਆਲੇ ਹੀ ਸਾਡੀਆਂ ਸਾਰੀਆਂ ਨਸਾਂ ਹੁੰਦੀਆਂ ਪੈਰਾਂ ਵਾਲੀਆਂ ਹੱਥਾਂ ਵਾਲੀਆਂ ਹੈ ਨਾ ਤਾਂ ਉਹ ਕਿਤੇ ਨਾ ਕਿਤੇ ਇਹਦੀ ਜਿਹੜੀ ਲੱਤਾਂ ਵਾਲੀਆਂ ਮੇਨ ਨਸ ਨੇ ਵੇਨਸ ਨੇ ਉਹ ਕੰਪਰੈਸ ਹੋ ਗਈਆਂ ਦੱਬੀਆਂ ਗਈਆਂ ਜਿਹਦੇ ਕਰਕੇ ਇਹਦੀਆਂ ਹੱਡੀਆਂ ਲੈ ਲੈ ਕੇ ਟੁੱਟ ਟੁੱਟ ਕੇ ਡਿੱਗੀ ਜਾਂਦੀਆਂ ਵਾ ਜਾਂ ਜ਼ਖਮ ਬਣੀ ਜਾਂਦੇ ਆ ਤਾਂ ਉਹ ਆਪਰੇਟ ਹੋਣਾ ਅੱਜ ਬੇਨਤੀ ਆ ਸਾਡੀ ਪਹਿਲਾਂ ਤਾਂ ਹੱਥ ਜੋੜ ਕੇ ਤੁਹਾਨੂੰ ਵੀ ਇਸ ਬੱਚੀ ਲਈ ਅਰਦਾਸ ਕਰਿਓ ਦੁਆ ਕਰਿਓ ਵੀ ਹਰਲੀਨ ਦੀਆਂ ਲੱਤਾਂ ਠੀਕ ਹੋ ਜਾਣ ਆਪਰੇਸ਼ਨ ਆ ਜਿਹੜਾ ਸਕਸੈਸਫੁੱਲ ਹੋ ਜਾਵੇ ਦੂਸਰਾ CMC ਹੋਸਪਿਟਲ ਦੇ ਵਿੱਚ ਜਾ ਕੇ ਤੁਸੀਂ ਸਿੱਧੀ ਹੈਲਪ ਕਰ ਸਕਦੇ ਹੋ ਇਹ ਬੱਚੀ ਦੀ ਹਰਲੀਨ ਕੌਰ ਦੀ ਕਿਉਂਕਿ ਇਹਦਾ ਖਰਚਾ ਜਿਹੜਾ ਡਾਕਟਰਾਂ ਨੇ ਦੱਸਿਆ ਹਜੇ ਕੋਈ ਅਨਲਿਮਿਟਡ ਹੀ ਦੱਸਿਆ ਕੋਈ ਉਹਨਾਂ ਨੇ ਲਿਮਿਟ ਨਹੀਂ ਦੱਸੀ ਵੀ ਇੰਨਾ ਖਰਚਾ ਆਊਗਾ ਉਹ ਕਹਿੰਦੇ 2 ਆ ਜਾਵੇ 4 ਆ ਜਾਵੇ 5 ਆ ਜਾਵੇ ਅਸੀਂ ਕੁਛ ਕਹਿ ਨਹੀਂ ਸਕਦੇ ਪਰ ਇਹਦਾ ਆਪਰੇਟ ਆ ਜਿਹੜਾ ਉਹ ਮੇਜਰ ਆਪਰੇਟ ਆ ਬਹੁਤ ਵੱਡਾ ਆਪਰੇਸ਼ਨ ਆ ਕਿੰਨੇ ਘੰਟਿਆਂ ਦਾ ਕਹਿੰਦੇ 5 ਘੰਟਿਆਂ ਦਾ ਕਰੀਬ ਆਪਰੇਟ ਆ ਗਗਨ ਨੇ ਇਹਨੇ ਸਾਡਾ ਟੀਮ ਮੈਂਬਰ ਆ ਇਹਨੇ ਸਾਰੀ ਗੱਲ ਕੀਤੀ ਡਾਕਟਰਾਂ ਨਾਲ ਜਾ ਕੇ ਹੁਣ ਅਗਲੀ ਜਿਹੜੀ ਡਿਊਟੀ ਆ ਉਹ ਆਪਣੀ ਬਣਦੀ ਆ ਜੇ ਵਾਹਿਗੁਰੂ ਨੇ ਉਸ ਅੱਲਾ ਨੇ ਉਸ ਰਾਮ ਨੇ ਉਸ ਭਗਵਾਨ ਨੇ ਇਹਨੂੰ ਬੱਚੀ ਨੂੰ ਇੱਥੇ ਆਪਣੇ ਸੁਪਨਿਆਂ ਦੇ ਘਰ ਵਿੱਚ ਭੇਜ ਦਿੱਤਾ ਵਾ ਤਾਂ ਹੁਣ ਆਪਾਂ ਇਹਦੇ ਸੁਪਨੇ ਆ ਜਿਹੜੇ ਜਾਂ ਇਸ ਮਾਂ ਦੀਆਂ ਸਦਰਾਂ ਦੇ ਸੁਪਨੇ ਆ ਇਸ ਬੱਚੀ ਦੇ ਪ੍ਰਤੀ ਉਹ ਆਪਾਂ ਸਾਰਿਆਂ ਨੇ ਰਲ ਕੇ ਪੂਰੇ ਕਰਨੇ ਆ ਇਲਾਜ ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕਰਦਾ ਹੀ ਹੁੰਦੇ ਹਾਂ ਵੀ ਇਲਾਜ ਤਾਂ ਹੋ ਜਾਣਾ ਉੱਥੇ ਟ੍ਰੀਟਮੈਂਟ ਦਾ ਖਰਚਾ ਵੀ ਵਾਹਿਗੁਰੂ ਨੇ ਆਪੇ ਕਰਾ ਲੈਣਾ ਪਰ ਤੁਹਾਡੀ ਜਿਹੜੀ ਦੁਆ ਦਿੱਤੀ ਇਹਦੇ ਲਈ ਤੁਹਾਡੀ ਕੀਤੀ ਅਰਦਾਸ ਆ ਜਿਹੜੀ ਅਤੇ ਉਹ ਇਸ ਬੱਚੀ ਨੂੰ ਬਚਾਊਗੀ ਸਾਨੂੰ 2-3 ਭੈਣਾਂ ਦੇ ਫੋਨ ਵੀ ਆਏ ਯਾਨੀ ਕਿ ਭੈਣ ਹੁਣੀ ਕਹਿੰਦੇ ਵੀ ਅਸੀਂ ਪਾਠ ਕਰ ਰਹੇ ਹਾਂ ਕੋਈ ਸੁਖਮਨੀ ਸਾਹਿਬ ਦਾ ਵੀ ਹਰਲੀਨ ਦੇ ਵਾਸਤੇ ਕੋਈ ਦੁਆਵਾਂ ਦੇ ਰਿਹਾ ਕੋਈ ਅਰਦਾਸਾਂ ਕਰ ਰਿਹਾ ਉਹਨਾਂ ਚੀਜ਼ਾਂ ਦੀ ਸਭ ਤੋਂ ਵੱਧ ਲੋੜ ਆ ਹਰਲੀਨ ਨੂੰ ਇੰਨੀ ਛੋਟੀ ਉਮਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਇਸ ਬੱਚੀ ਦੀ ਮਾਂ ਚਲੇ ਗਈ ਇਹ ਕੋਲੇ ਮੰਜੇ 'ਤੇ ਪਈ 3-4 ਮਹੀਨੇ ਉਸ ਮਾਂ ਦੇ ਕੋਲ ਉਹ ਕੌਮਾਂ ਦੇ ਵਿੱਚ ਸੀ ਪਾਈਪਾਂ ਲੱਗੀਆਂ ਹੋਈਆਂ ਸੀ ਅਤੇ ਇਹ ਬੱਚੀ ਉਹਦੇ ਕੋਲ ਪਈ ਕਿੱਦਾਂ ਰਹੀ ਹੋਊ ਮਾਂ ਅਤੇ ਪਿਓ ਦੇ ਪਾਲਣ ਪੋਸ਼ਣ ਤੋਂ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਪਰ ਜਿਉਂਦੀ ਵੱਸਦੀ ਰਹੇ ਸਾਡੀ ਭੈਣ ਜਿਹਨੇ ਆਪਣਾ ਫਰਜ਼ ਨਿਭਾਇਆ ਆਪਦੇ ਭਰਾ ਦੇ ਖਿਲਾਫ਼ ਹੋ ਕੇ ਵੀ ਯਾਨੀ ਕਿ ਲੈ ਕੇ ਆਈ ਉਹਨੂੰ ਵੀ ਮੈਂ ਅਤੇ ਅੱਜ ਤੱਕ ਉਹਨੂੰ ਉਹਦੀ ਜ਼ਿੰਮੇਵਾਰੀ ਨੂੰ ਸਾਂਭ ਰਹੀ ਆ ਆਪਦੀ ਉਸ ਜ਼ਿੰਮੇਵਾਰੀ ਨੂੰ ਨਿਭਾ ਰਹੀ ਆ ਕਿੰਨੇ ਸਾਲਾਂ ਦੀ ਹੋ ਗਈ ਭੈਣੇ 2 ਮਾਰਚ ਨੂੰ 10 ਸਾਲਾਂ ਦੀ ਹੋ ਜਾਊਗੀ 4th ਕਲਾਸ 'ਚ ਪੜ੍ਹਦੀ ਆ ਮੰਨ ਲਓ ਜੇ ਸਹੀ ਤਰੀਕੇ ਨਾਲ ਇਹਦੀ ਪੜ੍ਹਾਈ ਵੀ ਹੋਈ ਹੁੰਦੀ ਤਾਂ ਅੱਜ ਇਹ ਕਰੀਬ ਇਹ 7th ਕਲਾਸ 'ਚ ਹੋਣੀ ਸੀਗੀ ਕਿਉਂਕਿ 3 ਸਾਲ ਦਾ ਬੱਚਾ ਪੜ੍ਹਨ ਲੱਗ ਜਾਂਦਾ
ये 6 साल की करीब पढ़न लगी क्योंकि घर के हालात ही इदा के बने है ना, घर के सरकमस्टांसिस ही इदा के बनी गए हैं। तो मेरे बच्चे भी इदा मैं परमात्मा इदा रहन, रात नू जे मैं 9 बजे कह दवा 9 बजे हो उस टाइम डॉक्टर दे चल जाते मेनू घर छड्ड के घरे रब भैन मेरी है। ਤੁਸੀਂ ਇਹਦਾ ਦਿੱਤਾ ਖਾਣ ਨੇ ਹੋ, ਤੁਸੀਂ ਇਹ ਸਮਝ ਲਓ ਵੀ ਹਰਲੀਨ ਕੌਰ ਤੁਹਾਡੇ ਘਰ ਇਹ ਰੱਬ ਨੇ ਭੇਜੀ ਹੋਈ, ਰੱਬ ਦੀ ਦੂਤ ਆ ਇਹ। ਅਤੇ ਬੇਟਾ ਫਿਰ ਤੂੰ ਸਕੂਲੇ ਜਾਂਦੀ ਹੈ ਜਦੋਂ ਫਿਰ ਉੱਥੇ ਸਮੈਲ ਆਉਂਦੀ ਹੈ ਜਾਂ ਕਿਵੇਂ, ਤੂੰ ਦੱਸਦੀ ਸੀ ਕੀ ਕਹਿੰਦੇ? ਕੀ ਕਹਿੰਦੇ ਪੁੱਤ? बाबा जी ने मेनू ठीक कर देना। देखियो जो तू ना बच्चों के नाल पढ़ेगी जाके ना ठीक होके, तेनू सारे क्या करनगे। हरलीन तू साडे कोले बैठ जा, हरलीन तू साडी डेस्क ते बैठ जा के, तू साडी सीट ते बैठ जा के, तेनू सारे प्यार करनगे। ठीक है, वह भी निके बच्चे उन्हां नू भी नहीं पता हजे है ना भी हरलीन नू की तकलीफ है, दुख है ना पुत। तो तू जमा ठीक हो जाना मेरे पुत ने, बाबा जी ने मेहर कर देनी है। बाबा जी अगे अरदास करो भी बाबा जी मैनू ठीक कर दो, मैं भी वड्डी हो के मैडम बनना है ना। कर दी होनी अरदास है ना, हाथ जोड़ के ना बेनती अरदास करया कर बाबा जी कोले भी बाबा जी मैनू ठीक कर दो, मैं जल्दी जल्दी आपदे पैरां ते खड़ी हो के पढ़ना चाहनी हाँ है ना। फिर तेनों बड़े स्कूल च ला देंगे आप, प्राइमरी स्कूल च लाना ही नहीं आप तेनों, फिर तेनों अंग्रेजी स्कूल च बड़े वाले च ला देंगे। ठीक है, पढ़ना चाहनी है ना तू, पढ़ाई च हुशियार है तू, ABC आउंदे तेनों? ABC सुना दा। छेवीं क्लास तो बाद जाके अंग्रेजी प्रॉपर लगती है। तो पर इस बच्ची ने तो इन दुखों के तकलीफा का सामना किया, आप समझ सकते हैं भी कि हालातों के निकल के आ रही है, तेरी पढ़ाई किदा डिस्टर्ब हो रही है। बस हम आप सारे अगले ये जिंदगी का जोड़ा अगला स्टैप बारे सारे कोशिश करिए। हरलीन कौर अज असी एडमिट करवा लगे हैं CMC हस्पताल से दाखिल हो जाना अज इन्होंने, तो थोड़िया दवावान तो अरदासा की जरूरत है। अपडेट अड अज करना कल फिर उस बाद वाहगुरु बस कृपा कर अज सारे टैसट होने बाद जेदे वाइटल वगैरह सारे सही आते कल या शाम अज या परसों एक दो दिन के अपरेट हो जूगा। तो उस अपरेट ने तय करनी है हरलीन की आने वाली जिंदगी, तो उस अपरेट न किस तरीके होना चाहिए ये तुम सारे ने तय करना जे अरदास दुआ थोड़ी लगेगी तो साड़ी हरलीन अपना एक चंगा जीवन जोड़ा बतीत करेगी। बस इन साड़ियाँ बेनती जी, वाहगुरू जी का खालसा वाहगुरू जी की फतेह। और ਤੁਸੀਂ ਫਿਕਰ ਨਾ ਕਰੋ, ਹੁਣ ਸਾਰਾ ਕੁਛ ਹੋ ਜਾਣਾ, ਘਬਰਾਓ ਨਾ। ਸੰਗਤ ਨੂੰ ਬੇਨਤੀ ਕਰੋ ਤੁਸੀਂ ਵੀ ਸਾਡੇ ਵੀ ਬੱਚੇ ਵਾਸਤੇ ਸਾਡੇ ਵਾਸਤੇ ਅਰਦਾਸ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ ਬੱਚੀ ਮੈਂ ਮਾਂ ਬਾਪ ਮੈਂ ਤੁਹਾਡੇ ਨਾਲ ਲਾਈ ਫਿਰਦੀ ਹਾਂ। ਇਹ ਇਲਾਜ ਜਿਹੜਾ ਆ ਸਾਰੀ ਸੰਗਤ ਦੀਆਂ ਅਰਦਾਸਾਂ ਅਤੇ ਮਿਹਨਤ ਸਦਕਾ ਹੈ।
वाहेगुरु जी का खालसा वाहेगुरु जी। मम्मी ने कहा चुप कर जा, रोना नहीं, कह मैं ठीक हो जाना हूँ, है ना।